ਪੰਜਾਬ 'ਚ ਪੁਲਿਸ ਵਾਲਿਆਂ ਦੇ ਨਾਕੇ ਆਰ ਟੀ ਓ ਦੇ ਨਾਕੇ ਆਪਾਂ ਅਕਸਰ ਸੁਣੇ ਹਾਂ ਅਤੇ ਆਪਾਂ ਡਰਦੇ ਵੀ ਹਾਂ ਇਹਨਾਂ ਤੋਂ, ਜਾਂ ਆਪਣਾ ਇੱਕ ਸਿਸਟਮ ਹੀ ਇਸ ਤਰ੍ਹਾਂ ਦਾ ਹੈ ਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਯਾਰ ਜਾ ਕੇ ਦੇਖ ਕੇ ਆਈ, ਜਾਂ ਆਪਾਂ ਸੜਕ 'ਤੇ ਜਾ ਰਹੇ ਹੁੰਦੇ ਹਾਂ, ਦੂਜੇ ਸਾਹਮਣੇ ਗੱਡੀ ਵਾਲੇ ਨੂੰ ਇੱਕ ਇਸ਼ਾਰਾ ਹੁੰਦਾ, ਇੱਕ ਟਰੱਕਾਂ ਵਾਲਿਆਂ ਦਾ ਵੀ ਕਿ ਇੱਕ ਖਾਸ ਇਸ਼ਾਰਾ ਹੁੰਦਾ, ਦੂਜੇ ਪਾਸੋਂ ਇਸ਼ਾਰਾ ਹੁੰਦਾ ਕਿ ਵੀ ਉਹ ਵੀ ਖਾਸ ਇਸ਼ਾਰਾ ਹੁੰਦਾ, ਉਸ ਇਸ਼ਾਰੇ ਨਾਲ ਹੀ ਦੱਸਿਆ ਜਾਂਦਾ ਹੈ ਕਿ ਅੱਗੇ ਆਰ ਟੀ ਓ ਦਾ ਨਾਕਾ ਹੈਗਾ ਜਾਂ ਨਹੀਂ ਹੈਗਾ, ਗੱਲ ਕਲੀਅਰ ਹੈ ਕਿ ਨਹੀਂ। ਇਸ ਤਰ੍ਹਾਂ ਹੀ ਅਕਸਰ ਮੋਟਰਸਾਈਕਲਾਂ 'ਤੇ ਸਾਡੇ ਨੌਜਵਾਨ ਜਿਹੜੇ ਧੂੜਾਂ ਪੱਟਦੇ ਫਿਰਦੇ ਨੇ, ਉਹਨਾਂ ਨੂੰ ਵੀ ਡਰ ਬਣਿਆ ਰਹਿੰਦਾ ਕਿ ਅਗਲੇ ਮੋੜ 'ਤੇ ਕਿਤੇ ਆਵਾਜਾਈ ਵਾਲੇ ਜਿਹੜੇ ਨੇ ਜਿਹੜੇ ਪੁਲਿਸ ਵਾਲੇ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਉਹਨਾਂ ਦਾ ਨਾਕਾ ਨਾ ਲੱਗਾ ਹੋਏ ਜਾਂ ਬਿਨਾਂ ਹੈਲਮਟ ਤੋਂ ਘੁੰਮਣ ਵਾਲੇ ਜਿਹੜੇ, ਇਸ ਤਰ੍ਹਾਂ ਦੀਆਂ ਗੱਲਾਂ ਤਾਂ ਗਲਤ ਨੇ, ਪਰ ਇਹ ਸਾਡਾ ਹਿੱਸਾ ਨੇ। ਪਰ ਹੁਣ ਇੱਕ ਹੋਰ ਇੱਕ ਨਾਕਾ, ਇੱਕ ਹੋਰ ਕਿਸਮ ਦਾ ਨਾਕਾ ਜਿਹੜਾ ਹੈਗਾ ਹੁਣ ਪੰਜਾਬ 'ਚ ਲੱਗਣ ਲੱਗ ਪਿਆ, ਜਿਹੜਾ ਪ੍ਰਦੂਸ਼ਣ ਰੋਕਥਾਮ ਬੋਰਡ ਵਾਲਿਆਂ ਦਾ ਨਾਕਾ ਹੈ। ਇਹ ਨਾਕਾ ਪ੍ਰਦੂਸ਼ਣ, ਮੈਂ ਗੱਲ ਕੀਤੀ ਹੈ, ਪ੍ਰਦੂਸ਼ਣ ਸਿਰਫ ਹਵਾ ਦਾ ਪ੍ਰਦੂਸ਼ਣ ਨਹੀਂ, ਆਵਾਜ਼ ਦਾ ਪ੍ਰਦੂਸ਼ਣ। ਆਵਾਜ਼ ਦੇ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਨੇ ਇੱਕ ਸਾਂਝਾ ਕਾਨੂੰਨ ਹੈ, ਕੇਂਦਰ ਦਾ ਕਾਨੂੰਨ ਬਣਿਆ ਹੋਇਆ, ਜਿਹਦੇ 'ਚ ਜਿਹੜੇ ਵੱਡੇ ਹੌਰਨ ਨੇ ਉਹਨਾਂ ਦੇ ਜਾਂ ਜਿਹੜੇ ਮੋਟਰਸਾਈਕਲਾਂ ਦੇ ਸਲੰਸਰਾਂ ਦੇ ਵਿੱਚ ਇੱਕ ਖਾਸ ਕਿਸਮ ਦੇ ਦਿਲ ਕੰਬਾਊ ਧਮਾਕੇ ਜਿਹੜੇ ਪਟਾਕੇ ਪੈਂਦੇ ਨੇ, ਉਹਨਾਂ ਨੂੰ ਨੱਥ ਪਾਉਣ ਲਈ ਜਿਹੜਾ ਹੈਗਾ ਇਹ ਉਪਰਾਲਾ ਕੀਤਾ ਹੈ। ਅਤੇ ਇਹਦੇ ਬਾਰੇ ਵਧੇਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਮੌਜੂਦ ਨੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਸਰਦਾਰ ਕਾਹਨ ਸਿੰਘ ਪੰਨੂ ਜੀ। ਪੰਨੂ ਸਾਹਿਬ, ਜਿਵੇਂ ਮੈਂ ਤਾਂ ਥੋੜ੍ਹਾ ਜਿਹਾ ਲੋਕਾਂ ਨੂੰ ਸਮਝਾਉਣ ਵਾਸਤੇ ਕਿਹਾ ਸੀ ਕਿ ਵੀ ਹੋਰ ਤਰ੍ਹਾਂ ਦਾ ਨਾਕਾ ਹੋਊਗਾ, ਥੋੜ੍ਹਾ ਜਿਹਾ ਇਹਨੂੰ ਤਕਨੀਕੀ ਤੌਰ 'ਤੇ ਦੱਸੋ ਕਿ ਸਰਕਾਰੀ ਅਰਥਾਂ 'ਚ ਇਹਦਾ ਕੀ ਮਤਲਬ ਹੈ ਜੀ। ਅਸਲ 'ਚ ਇਸ ਤਰ੍ਹਾਂ ਹੈ ਜੀ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪ੍ਰਦੂਸ਼ਣ ਸਿਰਫ ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਨਹੀਂ ਹੁੰਦਾ, ਸ਼ੋਰ ਦਾ ਪ੍ਰਦੂਸ਼ਣ, ਆਵਾਜ਼ ਦਾ ਪ੍ਰਦੂਸ਼ਣ ਜਿਹੜਾ ਹੈ ਉਹ ਵੀ ਬੜਾ ਵੱਡਾ ਪ੍ਰਦੂਸ਼ਣ ਹੈ, ਅਤੇ ਉਹਦੇ ਵੀ ਜਿਹੜੇ ਇੰਪੈਕਟ ਨੇ, ਜਿਹੜੇ ਉਹਦੇ ਲੋਕਾਂ 'ਤੇ ਅਸਰ ਹੈ, ਉਹ ਵੀ ਬੜਾ ਮਾੜਾ ਅਸਰ ਪੈਂਦਾ ਹੈ। ਖਾਸ ਕਰਕੇ ਸੜਕਾਂ ਦੇ ਉੱਤੇ ਐਕਸੀਡੈਂਟਸ ਦਾ ਬਹੁਤ ਵੱਡਾ ਕੌਜ਼ ਬਣਦਾ ਹੈਗਾ, ਟੈਨਸ਼ਨ ਦਾ ਬੜਾ ਵੱਡਾ ਜ਼ਰੀਆ ਬਣਦਾ ਹੈ, ਹੋਰ ਬਿਮਾਰੀਆਂ ਬਹੁਤ ਲੱਗਦੀਆਂ ਨੇ। ਉਸ ਵਾਸਤੇ ਮੋਟਰ ਵਹੀਕਲ ਐਕਟ ਦੇ ਵਿੱਚ ਇਹ ਧਾਰਾਵਾਂ ਸੀਗੀਆਂ ਕਿ ਕੋਈ ਵੀ ਮੋਟਰਸਾਈਕਲ ਜਿਹੜਾ ਹੈ ਉਹ ਪਟਾਕੇ ਨਹੀਂ ਪਾ ਸਕਦਾ, ਉਸ ਤਰ੍ਹਾਂ ਸਲੈਂਸਰ ਜਿਹੜਾ ਇਸ ਤਰ੍ਹਾਂ ਦਾ ਹੋਏਗਾ ਕਿ ਪਟਾਕੇ ਨਹੀਂ ਪਾਏਗਾ, ਇਸੇ ਕਰਕੇ ਸਲੈਂਸਰ ਲਗਾਏ ਗਏ ਨੇ, ਨਹੀਂ ਤਾਂ ਸਲੈਂਸਰ ਦੀ ਲੋੜ ਨਹੀਂ ਸੀ, ਬਹੁਤ ਉੱਚੀ ਆਵਾਜ਼ ਦੇ ਵਿੱਚ ਚੱਲ ਸਕਦੇ ਸੀ। ਇਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਬੱਸਾਂ ਨੇ, ਟਰੱਕ ਨੇ, ਹੋਰ ਮੋਟਰ ਵਹੀਕਲਸ ਨੇ, ਉਹਨਾਂ ਦੇ ਵਿੱਚ ਪ੍ਰੈਸ਼ਰ ਹੌਰਨਸ ਲਗਾਉਣ ਦਾ ਜਿਹੜਾ ਇੱਕ ਲੋਕਾਂ ਦਾ ਇੱਕ ਬਣਿਆ ਹੋਇਆ ਪਿਛਲੇ ਸਮੇਂ ਦੇ ਵਿੱਚ, ਉਹ ਮੋਟਰ ਵਹੀਕਲ ਐਕਟ ਦੇ ਵਿੱਚ ਲਿਖਿਆ ਹੋਇਆ ਕਿ ਉੱਥੇ ਉਹ ਉਸ ਤਰ੍ਹਾਂ ਦੀ ਚੀਜ਼ ਨਹੀਂ ਹੋ ਸਕਦੀ, ਪ੍ਰੈਸ਼ਰ ਹੌਰਨ ਜਾਂ ਜਿਹਨੂੰ ਅਸੀਂ ਮਲਟੀ ਟੋਨ ਹੌਰਨ ਕਹਿੰਦੇ ਹਾਂ ਜਾਂ ਮਿਊਜ਼ੀਕਲ ਹੌਰਨ ਕਹਿੰਦੇ ਹਾਂ, ਉਹ ਨਹੀਂ ਹੋ ਸਕਦਾ। ਪਰ ਇਹ ਚੀਜ਼ਾਂ ਚੱਲ ਰਹੀਆਂ ਸੀ, ਅਸੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਹ ਉਪਰਾਲਾ ਕੀਤਾ, ਇਹਨੂੰ ਸਾਰੇ ਨੂੰ ਇਸ ਦੇ ਸਾਰੇ ਡਾਇਨਾਮਿਕਸ ਨੂੰ ਸਟੱਡੀ ਕੀਤਾ ਵੀ ਇਹ ਕਿਉਂ ਹੋ ਰਿਹਾ, ਕਿਵੇਂ ਹੋ ਰਿਹਾ, ਅਤੇ ਉਹਦੇ 'ਚ ਅਸੀਂ ਜਿਹੜਾ ਸਾਡੇ ਕੋਲ ਇੱਕ ਏਅਰ ਐਕਟ ਹੈ ਬਣਿਆ ਹੋਇਆ ਜਿਹਦੇ ਤਹਿਤ ਇਹ ਸਾਰੀਆਂ ਚੀਜ਼ਾਂ ਦਾ ਕੰਟਰੋਲ ਕਰਨਾ ਹੁੰਦਾ, ਉਹਦੇ 'ਚ ਅਸੀਂ ਫਿਰ ਹੁਕਮ ਜਾਰੀ ਕੀਤਾ। ਲੋਕਾਂ ਦੇ ਓਬਜੈਕਸ਼ਨ ਲੈਣ ਤੋਂ ਬਾਅਦ ਹੁਕਮ ਇਹ ਜਾਰੀ ਕੀਤਾ ਕਿ ਅੱਗੇ ਤੋਂ ਪੰਜਾਬ ਦੇ ਵਿੱਚ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲਾ ਕੋਈ ਵੀ ਜਿਹੜਾ ਯੰਤਰ ਹੈ, ਕੋਈ ਬਣਾਉਣ ਵਾਲਾ, ਕੋਈ ਡਿਸਟ੍ਰੀਬਿਊਟ ਕਰਨ ਵਾਲਾ, ਕੋਈ ਟਰਾਂਸਪੋਰਟ ਕਰਨ ਵਾਲਾ, ਕੋਈ ਵਜਾਉਣ ਵਾਲਾ, ਕੋਈ ਲਾਉਣ ਵਾਲਾ ਬਿਲਕੁਲ ਨਹੀਂ ਲਾਏਗਾ, ਅਤੇ ਇਹ ਸਾਰਾ ਕੁਝ ਗੈਰ ਕਾਨੂੰਨੀ ਹੋਏਗਾ, ਅਤੇ ਜੇ ਜਿਹੜੀ ਚੀਜ਼ ਗੈਰ ਕਾਨੂੰਨੀ ਹੋਏਗੀ ਉਹਦੀਆਂ ਫਿਰ ਸਜ਼ਾਵਾਂ ਦਾ ਪ੍ਰਾਵਧਾਨ ਕੀਤਾ ਗਿਆ। ਇਸੇ ਤਰੀਕੇ ਨਾਲ ਜਿਹੜੀਆਂ ਬੱਸਾਂ, ਟਰੱਕਾਂ, ਮੋਟਰ ਵਹੀਕਲ ਦੇ ਉੱਤੇ ਜਿਹੜਾ ਇਹ ਪ੍ਰੈਸ਼ਰ ਹੌਰਨ ਲੱਗਦੇ ਨੇ, ਮਿਊਜ਼ੀਕਲ ਹੌਰਨ ਲੱਗਦੇ ਨੇ, ਇਹਨਾਂ ਨੂੰ ਰੋਕਣ ਵਾਸਤੇ ਵੀ ਅਸੀਂ ਉਹ ਆਰਡਰ ਪਾਸ ਕੀਤੇ ਕਿ ਕੋਈ ਵੀ ਇਹ ਗੈਰ ਕਾਨੂੰਨੀ ਹੋਏਗਾ। ਸੋ ਉਸ ਦੇ ਵਿੱਚ ਇਹ ਕੀਤਾ ਗਿਆ ਕਿ ਜੇ ਕੋਈ ਇਨਸਾਨ, ਜੇ ਕੋਈ ਟਰੱਕ ਬੱਸ ਵਾਲਾ ਉਸ ਤਰ੍ਹਾਂ ਦੇ ਪਟਾਕੇ ਵਜਾਉਂਦਾ ਹੈ, ਉਹਨੂੰ ਉਹਦੇ ਵਿੱਚ ਸਜ਼ਾਵਾਂ ਦਿੱਤੀਆਂ ਹੋਈਆਂ ਨੇ ਕਿ 6 ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਉਸ ਬੰਦੇ ਨੂੰ ਹੋ ਸਕਦਾ ਹੈ ਜਿਹੜੇ ਕੋਈ ਇਸ ਕਾਨੂੰਨ ਦੀ ਉਲੰਘਣਾ ਕਰਦਾ। ਤੋ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਕਾਨੂੰਨ ਬਣਨ ਤੋਂ ਬਾਅਦ ਅਸੀਂ ਜਦੋਂ ਚੈਕਿੰਗ ਕਰਦੇ ਹਾਂ ਪੁਲਿਸ ਨੂੰ ਨਾਲ ਲੈ ਕੇ, ਜਾਂ ਅਸੀਂ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਦੇਣ ਵਾਸਤੇ ਅਖਬਾਰਾਂ 'ਚ ਵਾਰ ਵਾਰ ਐਡਵਰਟੀਜ਼ਮੈਂਟਸ ਦੇ ਰਹੇ ਹਾਂ, ਅਸੀਂ ਆਪਣਾ ਇੱਕ ਟੋਲ ਫਰੀ ਨੰਬਰ ਵੀ ਦਿੱਤਾ ਹੋਇਆ, ਆਪਣਾ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਜਿਹਦੇ 'ਤੇ ਲੋਕ ਸਾਨੂੰ ਦੱਸ ਸਕਦੇ ਨੇ ਕਿ ਕਿਹੜੀ ਥਾਂ ਦੇ ਉੱਤੇ ਇਹ ਕੋਈ ਇਸ ਤਰ੍ਹਾਂ ਦਾ ਉਲੰਘਣਾ ਹੋ ਰਹੀ ਹੈ, ਅਤੇ ਉਹਦੇ ਖਿਲਾਫ਼ ਅਸੀਂ ਕਾਰਵਾਈ ਕਰਦੇ ਹਾਂ, ਐਕਸ਼ਨ ਲੈਂਦੇ ਹਾਂ। ਅਤੇ ਇਹਦੇ 'ਤੇ ਇਹ ਕਾਨੂੰਨ ਜਿਹੜਾ ਜਦੋਂ ਲਾਗੂ ਅਸੀਂ ਕੀਤਾ, ਲਗਭਗ 95% ਤੋਂ 99% ਤੱਕ ਇਹਦੀ ਲੋਕ ਇਹਨੂੰ ਮੰਨਦੇ ਨੇ। ਹੁਣ ਮੋਟਰਸਾਈਕਲਾਂ ਦੇ ਪੰਜਾਬ ਦੇ ਵਿੱਚ ਪਟਾਕੇ ਨਹੀਂ ਪੈਂਦੇ, ਅਤੇ ਨਾ ਹੀ ਮੋਟਰ ਵਹੀਕਲ ਦੇ ਉੱਤੇ ਉਹ ਮਿਊਜ਼ੀਕਲ ਹੌਰਨ ਵੱਜਦੇ ਨੇ ਜਿਹੜੇ ਲਗਾਤਾਰ ਸੜਕ ਦੇ ਉੱਤੇ ਇੱਕ ਪੂਰੇ ਦਾ ਪੂਰਾ ਗੀਤ 5-7 ਕਿਲੋਮੀਟਰ ਲਗਾਤਾਰ ਲੋਕ ਮਿਊਜ਼ੀਕਲ ਹੌਰਨ ਦੇ ਨਾਲ ਚਲਾ ਦਿੰਦੇ ਸੀ। ਇਹਦੇ 'ਚ ਜਦੋਂ ਅਕਸਰ ਆਪਾਂ ਦੇਖਦੇ ਹਾਂ ਕਿ ਖਾਸ ਕਰ ਆਵਾਜਾਈ ਜਿਹੜੀ ਪੁਲਿਸ ਹੈ ਉਹਦੇ ਨਾਕੇ ਹੁੰਦੇ ਨੇ, ਤਾਂ ਉਹਨਾਂ 'ਚ ਅਕਸਰ ਲੋਕ ਸਿਫਾਰਿਸ਼ਾਂ ਪਵਾਉਂਦੇ ਨੇ ਜਾਂ ਰਿਸ਼ਵਤਖਾਰੀ, ਇੱਕ ਪਹਿਲੂ ਉਹ ਵੀ ਹੈਗਾ ਕਿ ਉਹ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ। ਜਿਹੜੀ ਤੁਹਾਡੀ ਇਨਫੋਰਸਮੈਂਟ ਹੈ ਇਹ ਫੈਸਲੇ ਦੀ ਹੈ, ਕਾਨੂੰਨ ਦੀ ਹੈ, ਉਹ ਕਿੰਨੀ ਕੁ ਪੱਕੀ ਹੈ, ਅਤੇ ਦੂਜਾ ਕਿੰਨਾ ਕੁ ਤੁਸੀਂ ਥੋੜ੍ਹਾ ਜਿਹਾ, ਕਿਉਂਕਿ ਮੇਰੇ ਖਿਆਲ 'ਚ ਤੁਹਾਨੂੰ ਅਪਰੋਚ ਕਰਨਾ ਵੀ ਮੁਸ਼ਕਿਲ ਹੁੰਦਾ ਹੋਏਗਾ ਅਗਰ ਤੁਹਾਡਾ ਚਲਾਨ ਹੈ, ਤੁਹਾਡੇ ਵੱਲੋਂ ਕੱਟਿਆ ਗਿਆ ਜੋ ਵੀ ਪਰਚੀ ਕੱਟੀ ਗਈ ਹੈ ਉਸ ਬੰਦੇ ਦੀ, ਤਾਂ ਉਹ ਮੇਰੇ ਖਿਆਲ ਉਹ ਤੋਂ ਖਹਿੜਾ ਛੁਡਾਉਣਾ ਵੀ ਕੋਈ ਅੱਗੇ ਅਦਾਲਤੀ, ਮੈਂ ਪੁੱਛਣਾ ਚਾਹੁੰਦਾ ਕਿ ਅੱਗੇ ਕੀ ਪ੍ਰਕਿਰਿਆ ਹੈ ਬੰਦੇ ਵਾਸਤੇ।
ਇਸ ਤਰ੍ਹਾਂ ਜੀ ਜਦੋਂ ਵੀ ਜਿੱਥੇ ਕਿ ਪੁਲਿਸ ਵਾਲਿਆਂ ਦੇ ਨਾਲ ਰਲ ਕੇ ਅਸੀਂ ਨਾਕਾ ਲਾ ਕੇ ਇਹ ਚੀਜ਼ ਚੈੱਕ ਕਰਦੇ ਹਾਂ, ਉੱਥੇ ਅਸੀਂ ਇਨਸ਼ੋਰ ਕਰਦੇ ਹਾਂ ਕਿ ਇਹ ਸਾਰੇ ਦੀ ਵੀਡੀਓਗ੍ਰਾਫੀ ਹੋਵੇ। ਵੀਡੀਓਗ੍ਰਾਫੀ ਕਰਕੇ ਸਾਡਾ ਆਪਣਾ ਇੱਕ ਗਰੁੱਪ ਬਣਿਆ ਹੋਇਆ, ਸਾਡਾ ਹਰ ਇੱਕ ਅਫਸਰ ਉਸ ਦੇ ਉੱਤੇ ਟੋਟਲ, ਉਹਨੇ ਜੋ ਵੀ ਕੰਮ ਕੀਤਾ ਹੈਗਾ ਉਹਦੇ ਉੱਤੇ ਆਉਂਦਾ ਹੈਗਾ, ਤਾਂ ਕਿ ਕੋਈ ਇਸ ਤਰ੍ਹਾਂ ਦੀ ਗੜਬੜ ਨਾ ਹੋਵੇ, ਹੇਰਾ ਫੇਰੀ ਨਾ ਹੋਵੇ। ਮੌਕੇ ਦੇ ਉੱਤੇ ਅਸੀਂ ਹੋਰ ਕੋਈ ਚੀਜ਼ ਨਹੀਂ ਚੈੱਕ ਕਰਦੇ, ਸਿਰਫ ਇੱਕ ਚੀਜ਼ ਚੈੱਕ ਕਰਦੇ ਹਾਂ ਕਿ ਉਹਦੇ 'ਚ ਮਿਊਜ਼ੀਕਲ ਹੌਰਨ ਤਾਂ ਲੱਗਿਆ ਹੋਇਆ, ਮੋਟਰਸਾਈਕਲ ਦੇ ਉੱਤੇ ਪਟਾਕੇ ਪਾਉਣ ਵਾਲਾ ਸਲੈਂਸਰ ਤਾਂ ਨਹੀਂ ਹੈ ਜਿਹੜਾ ਕਿ ਸਾਹਮਣੇ ਤੋਂ ਨਜ਼ਰ ਆ ਜਾਂਦਾ। ਉਸ ਤੋਂ ਬਿਨਾਂ ਬਾਕੀ ਚੀਜ਼ ਅਸੀਂ ਕੋਈ ਚੈੱਕ ਨਹੀਂ ਕਰਦੇ। ਜਦੋਂ ਸਾਨੂੰ ਲੱਗਦਾ, ਪਹਿਲੀ ਗੱਲ ਤਾਂ ਅਸੀਂ ਮੌਕੇ ਦੇ ਉੱਤੇ ਉਹਨਾਂ ਨੂੰ ਕਹਿੰਦੇ ਹਾਂ ਵੀ ਆਪਣਾ ਇਹ ਉਤਾਰ ਦਿਓ ਅਤੇ ਅੱਗੇ ਤੋਂ ਨਾ ਲਾਓ, ਉਹਨਾਂ ਨੂੰ ਕਾਨੂੰਨ ਦੀਆਂ ਜਿਹੜੀਆਂ ਪ੍ਰਾਵਧਾਨ ਨੇ ਉਹਨਾਂ ਬਾਰੇ ਜਾਣਕਾਰੀ ਦਿੰਦੇ ਹਾਂ, ਅਤੇ 99% ਲੋਕ ਉਸ 'ਤੇ ਮੰਨ ਜਾਂਦੇ ਨੇ, ਉਹਨਾਂ ਦਾ ਰਿਕਾਰਡ ਹੋ ਜਾਂਦਾ ਸਾਡੇ ਕੋਲ ਕਿ ਫਲਾਣੇ ਨੂੰ ਕਿਹੜੇ ਵੇਲੇ ਕਿਹਾ ਗਿਆ। ਜੇ ਦੁਬਾਰਾ ਉਸ ਤਰ੍ਹਾਂ ਦਾ ਸਾਡੇ ਸਾਹਮਣੇ ਆ ਜਾਂਦਾ ਤਾਂ ਫਿਰ ਅਸੀਂ ਇੱਕ ਨੋਟਿਸ ਜਾਰੀ ਕਰਦੇ ਹਾਂ। ਨੋਟਿਸ ਜਾਰੀ ਕਰਕੇ ਸਾਡੇ ਜ਼ਿਲ੍ਹਾ ਪੱਧਰੀ ਅਫਸਰ ਜਿਹੜੇ ਨੇ ਉਹਨੂੰ ਨੋਟਿਸ ਜਾਰੀ ਕਰਦੇ ਨੇ ਕਿ ਵੀ ਤੂੰ ਫਲਾਣਾ ਇਸ ਤਰ੍ਹਾਂ ਕਰਦਾ ਪਾਇਆ ਗਿਆ, ਜਾਂ ਕਈ ਵਾਰੀ ਜਦੋਂ ਲੋਕ ਟੈਲੀਫੋਨ ਕਰਦੇ ਨੇ ਕਿ ਫਲਾਣੀ ਥਾਂ 'ਤੇ ਇਸ ਤਰ੍ਹਾਂ ਪਟਾਕੇ ਮਾਰਦਾ ਬੰਦਾ ਫੜਿਆ ਗਿਆ, ਤਾਂ ਅਸੀਂ ਚਿੱਠੀ ਜਾਰੀ ਕਰਕੇ ਪੁੱਛਦੇ ਹਾਂ ਕਿ ਕੀ ਇਹ ਗੱਲ ਸੱਚ ਹੈ। ਅਤੇ ਜਦੋਂ ਅਸੀਂ ਨੋਟਿਸ ਕਰਦੇ ਹਾਂ ਜਾਂ ਬੁਲਾਉਂਦੇ ਹਾਂ ਆਪਣੇ ਕੋਲ, ਤਾਂ ਆਉਣ ਤੋਂ ਬਾਅਦ ਉਹ ਬੰਦੇ ਜੇ ਨਹੀਂ ਮੰਨਦੇ ਜਾਂ ਮੰਨਦੇ ਨੇ, ਤਾਂ ਉਸ ਹਿਸਾਬ ਨਾਲ ਉਹਨਾਂ ਦੀ ਸੁਣਵਾਈ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਵਾਰਨਿੰਗ ਦੇ ਕੇ ਉਹਨਾਂ ਨੂੰ ਫਿਲਹਾਲ ਛੱਡ ਰਹੇ ਹਾਂ, ਉਹਨਾਂ ਦੇ ਖਿਲਾਫ਼ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਰਹੇ। ਪਰ ਜੇ ਕੋਈ ਟਰੱਕ, ਕੋਈ ਬੱਸ, ਕੋਈ ਮੋਟਰਸਾਈਕਲ ਵਾਰ ਵਾਰ ਇਸ ਤਰ੍ਹਾਂ ਦੀ ਉਲੰਘਣਾ ਕਰਦਾ ਹੈਗਾ, ਤਾਂ ਉਹਨਾਂ ਦੇ ਖਿਲਾਫ਼ ਜਿਹੜੀ ਸਿਵਲ ਕੋਰਟ ਨੇ ਕਾਰਵਾਈ ਕਰਨੀ ਹੈ, ਜਿਹੜੀ CGM ਦੀ ਅਦਾਲਤ ਨੇ ਕਾਰਵਾਈ ਕਰਨੀ ਹੈ, ਤਾਂ ਉੱਥੇ ਲਿਜਾ ਕੇ ਅਸੀਂ ਉਹ ਕਾਰਵਾਈ ਵੀ ਕਰ ਸਕਦੇ ਹਾਂ। ਕਿਉਂਕਿ ਮਕਸਦ ਸਾਡਾ ਪਬਲਿਕ ਦੀ ਸੇਵਾ ਹੈ, ਮਕਸਦ ਇਹ ਹੈ ਕਿ ਪਬਲਿਕ ਦੇ ਵਿੱਚ ਇਹ ਜਿਹੜਾ ਪਟਾਕਿਆਂ ਦਾ ਸ਼ੋਰ ਹੈ, ਜਿਹੜਾ ਸੜਕਾਂ ਦੇ ਉੱਤੇ ਐਡਾ ਵੱਡਾ ਸ਼ੋਰ ਚੱਲ ਰਿਹਾ, ਕਿਉਂਕਿ ਸੜਕਾਂ ਦੇ ਉੱਤੇ ਇਕੱਲਾ ਸ਼ੋਰ ਨਹੀਂ, ਇੰਨਾ ਕਿਓਸ ਹੋ ਜਾਂਦਾ ਇਸ ਸ਼ੋਰ ਦੇ ਨਾਲ, ਤੁਹਾਡੇ ਮਨ ਦੇ ਵਿੱਚ ਫਰਸਟ੍ਰੇਸ਼ਨ ਜਾਂ ਮਨ ਦੇ ਵਿੱਚ ਇੰਨਾ ਜ਼ਿਆਦਾ ਇੱਕ ਤਰੀਕੇ ਨਾਲ ਮੰਥਨ ਹੁੰਦਾ ਹੈਗਾ, ਅਤੇ ਉਹਦੇ 'ਚ ਫਿਰ ਉਸ ਸ਼ੋਰ ਤੋਂ ਬਚਾਉਣ ਵਾਸਤੇ ਪਬਲਿਕ ਨੂੰ ਇਹ ਉਪਰਾਲਾ ਕੀਤਾ ਗਿਆ, ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਸਰਾਹਿਆ। ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਾਡੇ ਜਿਹੜੇ ਡਰਾਈਵਰਸ ਨੇ, ਸਾਡੇ ਨੌਜਵਾਨ ਮੁੰਡੇ ਨੇ ਜਿਹੜੇ ਮੋਟਰਸਾਈਕਲਾਂ 'ਤੇ ਪਟਾਕੇ ਮਾਰਦੇ ਸੀ, ਉਹਨਾਂ ਨੇ ਇਸ ਗੱਲ ਦੇ ਵਿੱਚ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ, ਅਤੇ ਲਗਭਗ 99% ਲੋਕ ਇਸ ਬਿਮਾਰੀ ਤੋਂ ਨਿਜਾਤ ਪਾ ਚੁੱਕੇ ਨੇ। ਪੰਨੂ ਸਾਹਿਬ, ਖੈਰ ਇਹਦੇ ਗੱਲ ਹੋਈ ਕਿ ਕਾਨੂੰਨ ਕੀ ਹੈ ਅਤੇ ਇਹਦੇ ਵਿੱਚ ਕੀ ਜਿਹੜੇ ਨੇ ਪ੍ਰਾਵਧਾਨ ਨੇ ਸਜ਼ਾ ਦੇ ਜਾਂ ਚਲਾਨ ਦੇ ਜਾਂ ਹੋਰ ਬੰਦੇ ਦੇ ਖਿਲਾਫ਼ ਕਾਰਵਾਈ ਕਰਨ ਦੇ, ਰੋਕਥਾਮ ਦੇ। ਇਹ ਜਿਹੜੀ ਬੱਸਾਂ ਦੀ ਗੱਲ ਕੀਤੀ, ਟਰੱਕਾਂ ਦੀ ਗੱਲ ਕੀਤੀ ਤੁਸੀਂ, ਇਹ ਸੜਕ ਨਾਲ ਸੰਬੰਧਿਤ ਹੈ, GT ਰੋਡਾਂ ਨਾਲ ਸੰਬੰਧਿਤ ਹੈ ਜਾਂ ਹੋਰ ਰਾਜਮਾਰਗਾਂ ਨਾਲ ਜਾਂ ਲਿੰਕ ਰੋਡਾਂ ਨਾਲ ਸੰਬੰਧਿਤ ਆਪਾਂ ਕਹਿ ਸਕਦੇ ਹਾਂ, ਪਰ ਜਿਹੜੀ ਮੋਟਰਸਾਈਕਲਾਂ 'ਤੇ ਪਟਾਕੇ ਪਾਉਣ ਦੀ ਜਿਹੜੀ ਸਮੱਸਿਆ ਹੈ, ਉਹ ਧੁਰ ਅੰਦਰ ਪਿੰਡਾਂ ਦੀਆਂ ਗਲੀਆਂ ਬਿਲਕੁਲ ਹੀ ਜਿਹੜੀ ਮਤਲਬ ਕਿ ਈਵਨ ਕਿ ਖੇਤਾਂ 'ਚ ਡੇਰਿਆਂ 'ਚ ਵੀ ਅਗਰ ਜੇ ਗਲੀਆਂ ਬਣ ਗਈਆਂ ਅੱਜ ਕੱਲ੍ਹ ਤਾਂ ਉੱਥੋਂ ਤੱਕ ਇਹ ਖੜੀ ਹੈ, ਅਤੇ ਉੱਥੇ ਤੱਕ ਜਿਹੜੀ ਪ੍ਰਦੂਸ਼ਣ ਕੰਟਰੋਲ ਬੋਰਡ, ਉੱਥੇ ਰੋਕਥਾਮ ਵਾਸਤੇ ਕੋਈ ਵਿਸ਼ੇਸ਼ ਯੋਜਨਾ ਇਹਦੇ ਵਾਸਤੇ ਉਲੀਕੀ ਜਾ ਰਹੀ ਹੈ? ਇੱਕ ਤਾਂ ਤੁਸੀਂ ਟੋਲ ਫਰੀ ਨੰਬਰ ਕਿਹਾ ਕਿ ਇਹ ਪੰਜਾਬ ਦੇ ਕਿਸੇ ਵੀ ਵਿਅਕਤੀ ਨੂੰ ਅਧਿਕਾਰ ਹੈ, ਜਿਹੜਾ ਤੁਹਾਡਾ ਨੰਬਰ ਹੈ, ਤੁਸੀਂ ਵੱਖ ਵੱਖ ਇਸ਼ਤਿਹਾਰਾਂ 'ਚ ਜੇ ਸ਼ਾਇਦ ਤੁਹਾਨੂੰ ਚੇਤੇ ਹੋਏਗਾ ਤੁਸੀਂ ਦੱਸ ਵੀ ਦਿਓਗੇ, ਅਤੇ ਉਹਦੇ 'ਤੇ ਕੋਈ ਵੀ ਬੰਦਾ ਆਪਣੇ ਗਲੀ ਮੁਹੱਲੇ 'ਚ ਫੋਨ ਕਰਕੇ ਦੱਸ ਸਕਦਾ ਕਿ ਇਸ ਨੰਬਰ ਦਾ ਮੋਟਰਸਾਈਕਲ ਜਾਂ ਸਕੂਟਰ ਜਿਹੜਾ ਹੈ ਉਹ ਇਸ ਵੇਲੇ ਗਲਤ ਜਿਹੜਾ ਸਾਇਲੈਂਸਰ ਲਾ ਕੇ ਗਲਤ ਆਵਾਜ਼ਾਂ ਕੱਢਦਾ, ਪਟਾਕੇ ਪਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਗਿਆ ਹੈ, ਤਾਂ ਇਹਦੇ ਬਾਰੇ ਕੀ ਇਨਫੋਰਸਮੈਂਟ ਹੈ ਤੁਹਾਡੀ? ਦੇਖੋ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦੋ ਤਰ੍ਹਾਂ ਦੀ ਹੈਗੀ ਹੈ, ਕਿ ਪਹਿਲਾਂ ਤਾਂ ਅਸੀਂ ਮੋਟਰਸਾਈਕਲਾਂ ਦੇ ਬਾਰੇ, ਜਿਹੜੀ ਐਨਫੀਲਡ ਬੁਲਟ ਮੋਟਰਸਾਈਕਲ ਨੇ ਉਹਨਾਂ ਦੇ ਕੰਪਨੀ ਵਾਲਿਆਂ ਨੂੰ ਅਸੀਂ ਲਿਖਿਆ ਕਿ ਮੋਟਰਸਾਈਕਲਾਂ ਦਾ ਡਿਜ਼ਾਈਨ ਹੀ ਤੁਸੀਂ ਇਸ ਤਰ੍ਹਾਂ ਦਾ ਬਣਾਓ ਕਿ ਉਹਦੇ 'ਤੇ ਪਟਾਕੇ ਪਾਉਣ ਦੀ ਸਲੈਂਸਰ ਉਸ ਤਰ੍ਹਾਂ ਦਾ ਮਤਲਬ ਲੱਗ ਹੀ ਨਾ ਸਕੇ। ਉਹਨਾਂ ਦੇ ਮੈਨੇਜਿੰਗ ਡਾਇਰੈਕਟਰ ਨੂੰ ਮੈਂ ਚਿੱਠੀ ਲਿਖੀ ਪੂਨੇ ਦੇ ਵਿੱਚ, ਉਹ ਅੱਗੇ ਤੋਂ ਕੋਈ ਡਿਜ਼ਾਈਨ ਦਾ ਸੋਚ ਰਹੇ ਨੇ, ਪਰ ਕੋਈ 2 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜੇ ਬੁਲਟ ਮੋਟਰਸਾਈਕਲ ਨੇ ਉਹਨਾਂ ਦੀ ਸਮੱਸਿਆ ਹੈ। ਉਹਦੇ ਵਾਸਤੇ ਅਸੀਂ ਫਿਰ ਜਿਹੜੀਆਂ ਇਹਨਾਂ ਦੀ ਸਾਰੀਆਂ ਏਜੰਸੀਜ਼ ਨੇ ਉਹਨਾਂ ਏਜੰਸੀਜ਼ ਨੂੰ ਅਸੀਂ ਕਿਹਾ ਕਿ ਤੁਸੀਂ ਇੱਕ ਤਾਂ ਏਜੰਸੀਜ਼ ਦੇ ਵਿੱਚ ਲਿਖ ਕੇ ਵੱਡੇ ਵੱਡੇ ਪੋਸਟਰ ਲਾਓ, ਇੱਕ ਅਸੀਂ ਉਹਨਾਂ ਏਜੰਸੀਜ਼ ਨੂੰ ਕਿਹਾ ਕਿ ਤੁਸੀਂ ਹੁਣ ਤੱਕ ਜਿੰਨੇ ਮੋਟਰਸਾਈਕਲ ਪਿਛਲੇ 10-12 ਸਾਲਾਂ 'ਚ ਵੇਚੇ ਹੈ ਉਹਨਾਂ ਸਾਰਿਆਂ ਨੂੰ ਚਿੱਠੀ ਜਾਰੀ ਕਰੋ ਕਿ ਵੀ ਇਹ ਅੱਗੇ ਤੋਂ ਕਾਨੂੰਨੀ ਤੌਰ 'ਤੇ ਬੰਦ ਹੈ। ਉਹਨਾਂ ਤੋਂ ਅਸੀਂ ਕਾਲਜਿਸ ਦੇ ਸਾਹਮਣੇ, ਆਪਣਾ ਸਕੂਲਾਂ ਦੇ ਸਾਹਮਣੇ ਵੱਡੇ ਪੋਸਟਰ ਲਗਾਏ ਨੇ ਤਾਂ ਕਿ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ। ਇਸ ਤੋਂ ਬਾਅਦ ਜਿੱਥੋਂ ਵੀ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਕਿ ਕਿਸੇ ਥਾਂ ਦੇ ਉੱਤੇ ਇਹ ਚੱਲਿਆ ਹੈ, ਤਾਂ ਉਹਨੂੰ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਵੱਡੀ ਗੱਲ, ਅਸੀਂ ਇਹ ਇੱਕ ਸਮਾਜਿਕ ਮੁਹਿੰਮ ਬਣਾ ਰਹੇ ਹਾਂ, ਜਿਹੜਾ ਅਸੀਂ ਐਡ ਹੁਣ ਪਿੱਛੇ ਜੇ ਦਿੱਤੀ ਹੈ ਉਹਦੇ 'ਚ ਅਸੀਂ ਇਹ ਲਿਖਿਆ ਹੈ ਕਿ ਅਸਲੀ ਨੌਜਵਾਨ ਤਾਂ ਖੇਡਾਂ ਦੇ ਵਿੱਚ ਜਾਂ ਪੜ੍ਹਾਈ 'ਚ ਪਟਾਕੇ ਪਾਉਂਦੇ ਨੇ, ਬੁਲਟ ਦੇ ਮੋਟਰਸਾਈਕਲਾਂ 'ਤੇ ਪਟਾਕੇ ਤਾਂ ਸਿਰਫ ਕੇਵਲ ਫੁਕਰੇ ਪਾਉਂਦੇ ਨੇ। ਸੋ ਉਹਦਾ ਸਾਡਾ ਮਕਸਦ ਇਹ ਸੀ ਕਿ ਸੋਸ਼ਲੀ ਇਸ ਨੂੰ ਸਮਾਜਿਕ ਤੌਰ 'ਤੇ ਇਸ ਬੁਰਾਈ ਨੂੰ ਸਾਰੇ ਲੋਕ ਕਹਿਣ ਵੀ ਇਹ ਫੁਕਰਾ ਜਾਂਦਾ ਬਈ, ਉਹਦੇ ਨਾਲ ਆਪਣੇ ਆਪ ਲੋਕ ਹਟਦੇ ਨੇ। ਜਿਵੇਂ ਤੁਸੀਂ ਦੱਸਿਆ, ਜਦੋਂ ਅਸੀਂ ਸਾਡੇ ਕੋਲ ਜਾਣਕਾਰੀ ਆਉਂਦੀ ਹੈ ਤਾਂ ਅਸੀਂ ਜਦੋਂ ਉਹਨਾਂ ਨੂੰ ਬੁਲਾਉਂਦੇ ਹਾਂ ਸਾਡੇ ਜ਼ਿਲ੍ਹਾ ਲੈਵਲ ਦੇ ਅਫਸਰ, ਤਾਂ
ਇਹ ਦੇਖਿਆ ਗਿਆ ਕਿ ਉਸ ਨੌਜਵਾਨ ਦੇ ਨਾਲ ਬੁਲਟ ਅਤੇ ਮੋਟਰਸਾਈਕਲ ਦੇ ਪਟਾਕੇ ਵਜਾਉਣ ਵਾਲੇ ਨੌਜਵਾਨ ਦੇ ਨਾਲ ਉਹਦਾ ਫਾਦਰ ਜ਼ਰੂਰ ਆਉਂਦਾ ਅਤੇ ਉਹ ਆਣ ਕੇ ਕਹਿੰਦੇ ਨੇ ਕਿ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਸਮਝਾਇਆ ਸੀ, ਆਹ ਤੁਸੀਂ ਚੰਗਾ ਕੀਤਾ, ਹੁਣ ਚੰਗੀ ਤਰ੍ਹਾਂ ਸਮਝਾਤਾ, ਅਸੀਂ ਤਾਰ ਵੀ ਦਿੱਤਾ ਅਤੇ ਮੈਂ ਇਹਨੂੰ ਛਤਰੋਲ ਵੀ ਫੇਰੀਆ ਇਹਦੇ ਅਤੇ ਅੱਗੇ ਤੋਂ ਲਾਵਾਂਗੇ ਵੀ ਨਹੀਂ, ਕਿਉਂਕਿ ਕਿਉਂਕਿ ਇਹ ਜਿਹੜੀ ਇੱਕ ਜ਼ਰੂਰੀ ਚੀਜ਼ ਤਾਂ ਹੈ ਨਹੀਂ, ਇਹ ਤਾਂ ਇੱਕ ਤਰ੍ਹਾਂ ਨਾਲ ਪੰਜਾਬ ਦੀ ਮੈਚੋ ਦੀ ਫੀਲਿੰਗ ਹੈ ਕਿ ਵੱਡਾ ਦਿਖਣ ਦੀ ਫੀਲਿੰਗ ਹੈ, ਉਸ 'ਚੋਂ ਨਿਕਲੀ ਹੋਈ ਚੀਜ਼ ਹੈ ਅਤੇ ਇੱਕ ਇਹ ਸਮਾਜਿਕ ਚੇਂਜ ਦੇ ਵਿੱਚ ਇਹ ਗੱਲ ਆਈ ਹੈ। ਕਈ ਵਾਰੀ ਸਾਡੇ ਕੋਲ ਜਿਹੜੇ ਸ਼ਿਕਾਇਤਾਂ ਆਉਂਦੀਆਂ ਨੇ ਉਹ ਇਹ ਆਉਂਦੀਆਂ ਨੇ ਕਿ ਜੀ ਦਿਨ ਦੇ ਵਿੱਚ ਤਾਂ ਬੰਦ ਹੋ ਗਿਆ, ਕੋਈ ਬੰਦਾ ਰਾਤ ਨੂੰ 1 ਵਜੇ ਸਾਡੇ ਮੁਹੱਲੇ ਦੇ ਵਿੱਚ ਦੀ ਪਟਾਕੇ ਮਾਰ ਕੇ ਲੰਘਦਾ ਜਾਂ 2 ਵਜੇ ਪਟਾਕੇ ਮਾਰ ਕੇ ਲੰਘਦਾ, ਤਾਂ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਇਲਾਕੇ ਦੇ ਲੋਕਾਂ ਨਾਲ ਲੈ ਕੇ ਜਾਂ ਆਪਣੇ ਅਧਿਕਾਰੀਆਂ ਨੂੰ ਕਹੀਏ ਕਿ ਉੱਥੇ ਰਾਤ ਨੂੰ ਤੁਸੀਂ ਬੈਠੋ, ਕਾਫੀ ਥਾਵਾਂ 'ਤੇ ਹੋਇਆ ਵੀ ਰਾਤ ਨੂੰ ਬੈਠ ਕੇ ਉਹਦਾ ਨੰਬਰ ਨੋਟ ਕਰੀਦਾ, ਨੰਬਰ ਨੋਟ ਕਰਕੇ ਅਗਲੇ ਦਿਨ ਬੁਲਾ ਲਈਦਾ, ਉਹ ਫਿਰ ਆ ਜਾਂਦਾ। ਇੰਟਰਸਟਿੰਗ ਗੱਲ ਇਹ ਹੈ ਕਿ ਬੁਲਟ ਮੋਟਰਸਾਈਕਲਾਂ ਵਾਲੇ ਜਿਹੜੇ ਨੌਜਵਾਨ ਨੇ ਇਹ ਪੜ੍ਹਿਆ ਲਿਖਿਆ ਤਬਕਾ ਹੈ, ਇਹਨਾਂ ਦੇ ਪੇਰੈਂਟਸ ਕੋਲ ਪੈਸਾ ਹੈ, ਤੋ ਇਹ ਨਹੀਂ ਗਾ ਕਿ ਕੋਈ ਗਰੀਬ ਲੋਕਾਂ ਕੋਲ ਨੇ। ਸੋ ਜਿਹੜੇ ਸੁੱਖ ਸਮੱਧ ਪਰਿਵਾਰ ਨੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਨੇ ਉਹ ਇਸ ਬੱਲੇ ਪਾਸੇ ਨੂੰ ਆਏ ਹੈ ਅਤੇ ਉਹਨਾਂ ਕੋਲ ਜਾਣਕਾਰੀ ਦੀ ਕੋਈ ਘਾਟ ਨਹੀਂ ਹੈ, ਉਹਨਾਂ ਕੋਲ ਕਮਿਊਨੀਕੇਸ਼ਨ ਦਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਵੀ ਨਾ ਪਤਾ ਲੱਗੇ। ਸੋ ਇਸ ਕਰਕੇ ਕਮਿਊਨੀਕੇਸ਼ਨ ਪ੍ਰੋਪਰ ਹੋਈ ਹੈ, ਅਸੀਂ ਸਾਰੇ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਨਾਲ ਲਿਆ, ਏਜੰਸੀਆਂ ਦੇ ਜਿੰਨੇ ਉੱਥੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਨਾਲ ਲਿਆ ਅਤੇ ਇਹਨਾਂ ਤੱਕ ਸਾਰਿਆਂ ਤੱਕ ਗੱਲ ਪਹੁੰਚਾਈ ਹੈ ਅਤੇ ਗੱਲ ਪਹੁੰਚਣ ਦਾ ਬਹੁਤ ਹੀ ਵਧੀਆ ਸਾਨੂੰ ਫਾਇਦਾ ਹੋਇਆ ਹੈ।